ਕੇ ਅੱਜ ਘਰੋਂ ਘਰੋਂ ਕੱਲ ਦਾ ਗਿਆ ਇੱਕ ਡੇਢ ਵਜੇ ਦਾ ਕੀ ਕਹਿ ਗਿਆ ਪਤਾ ਨੀ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਖਾਂਦੀ ਮੈਂ ਵਸਾ ਨਹੀਂ ਖਾਂਦੀ ਮੈਨੂੰ ਨੀ ਪਤਾ ਮੈਨੂੰ ਨੀ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਣੇ ਮੁੰਡੇ ਉਹਦੇ ਨਾਲ ਆਪ ਧੋਇਆ ਗਏ ਤੇ ਉਹਦਾ ਨੀ ਪਤਾ ਮੈਨੂੰ ਕਿੱਥੇ ਛੱਡ ਆਏ ਆ ਕਿਹੜੇ ਮੈਨੂੰ ਨੀ ਪਤਾ ਕਿੱਥੇ ਛੱਡ ਆਏ ਨਾਲ ਸੁਮਿਤ ਤੇ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿਣ ਨੀ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀਤਾ ਮੇਰਾ ਨਾਂ ਸਾਹਿਲ ਇਹਦੇ ਨਾਂ ਹੀ ਫਿਰ ਕੱਲ ਦਾ 3 ਵਜੇ ਤੱਕ ਗਿਆ ਕਰੋ ਖੜੇ ਸਾਨੂੰ ਨੀ ਨਾ ਪਤਾ ਕਿੰਨੇ ਖੜੇ ਆ ਕਿੰਨੇ ਵਜੇ ਤੱਕ 2-3 ਵਜੇ ਤੱਕ ਗਿਆ ਕਰੋ ਰਾਤ ਘਰ ਨੀ ਆਇਆ ਸਾਰੀ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁੱਕੇ ਆ ਕਿਉਂਕਿ ਅਸੀਂ ਬਾਅਦ ਚ ਰਿਪੋਰਟ ਤਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਸਾਨੂੰ ਮਿਲਿਆ ਮੈਂ ਕੰਮ ਤੋਂ ਆਇਆ ਹੁਣ ਮੈਨੂੰ ਦੱਸਿਆ ਕਿਸੇ ਨੇ ਉੱਥੇ ਲਾਸ਼ ਕਿਸੇ ਦੀ ਪਈ ਆਣ ਕੇ ਵੇਖ ਲੋ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੀਕ ਮਹੱਲਾ ਦੀ ਡੈਡ ਬੋਡੀ ਮਿਲੀ ਹੈ ਕਿਤੇ ਸਾਨੂੰ ਮੇਨ ਰੋਡ ਆਪਣੇ ਦੁਰਗਾ ਲਾਗੇ ਤੇ ਇਹਦੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹਾਲਾਤ ਵੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਉਹ ਕਰਾਂਗੇ ਦੇਖ ਰਹੇ ਹਾਂ ਪੋਸਟਮਾਰਟਮ ਕਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਹੋਏ ਜਿਹੜੀ ਮੌਤ ਹੋਈ ਹੈ ਅਜੇ ਕੁਛ ਨੀ ਅਜੇ ਤਾਂ ਇਨੀਸ਼ੀਅਲ ਅਜੇ ਆਈ ਹੈ ਤੁਹਾਡੇ ਸਾਹਮਣੇ ਦੇਖ ਕੇ ਜੋ ਵੀ ਬਣਦੀ ਉਹ ਕਾਰਵਾਈ ਕਰਾਂਗੇ ਘਰੋਂ ਕੱਲ ਦਾ ਗਿਆ ਇੱਕ ਡੇਢ ਵਜੇ ਦਾ ਕੀ ਕਹਿ ਗਿਆ ਪਤਾ ਨੀ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਖਾਂਦੀ ਮੈਂ ਵਸਾ ਨਹੀਂ ਖਾਂਦੀ ਮੈਨੂੰ ਨੀ ਪਤਾ ਮੈਨੂੰ ਨੀ ਪਤਾ ਕਿੱਥੇ ਚਲ ਗਿਆ ਨਾਲ 3 ਜਣੇ ਮੁੰਡੇ ਉਹਦੇ ਨਾਲ ਆਪ ਧੋਇਆ ਗਏ ਤੇ ਉਹਦਾ ਨੀ ਪਤਾ ਮੈਨੂੰ ਕਿੱਥੇ ਛੱਡ ਆਏ ਆ ਕਿਹੜੇ ਮੈਨੂੰ ਨੀ ਪਤਾ ਕਿੱਥੇ ਛੱਡ ਆਏ ਨਾਲ ਸੁਮਿਤ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਹੀ ਕਹਿਣ ਨੀ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀਤਾ ਮੇਰਾ ਨਾਂ ਸਾਹਿਲ ਇਹਦੇ ਨਾਂ ਹੀ ਫਿਰ ਕੱਲ ਦਾ 3 ਵਜੇ ਤੱਕ ਗਿਆ ਕਰੋ ਖੜੇ ਸਾਨੂੰ ਨੀ ਨਾ ਪਤਾ ਕਿੰਨੇ ਖੜੇ ਆ ਕਿੰਨੇ ਵਜੇ 2-3 ਵਜੇ ਤੱਕ ਗਿਆ ਕਰੋ ਰਾਤ ਘਰ ਨੀ ਆਇਆ ਸਾਰੀ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁੱਕੇ ਆ ਕਿਉਂਕਿ ਅਸੀਂ ਬਾਅਦ ਚ ਰਿਪੋਰਟ ਤਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਘਰੋਂ ਤੇ ਤਿੰਨੇ ਭੱਜੇ ਆ ਇਧਰੋਂ ਤੁਹਾਡਾ ਤੇ ਉਹ ਸੁਮਿਤ ਤੇ ਇਧਰੋਂ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨੀ ਵਾਪਸ ਆਇਆ ਹਾਂਜੀ ਇਹ ਇੱਥੋਂ ਹੀ ਸਾਨੂੰ ਮਿਲਿਆ ਮੈਂ ਕੰਮ ਤੋਂ ਆਇਆ ਹੁਣ ਮੈਨੂੰ ਦੱਸਿਆ ਕਿਸੇ ਨੇ ਵੀ ਉੱਥੇ ਲਾਸ਼ ਕਿਸੇ ਦੀ ਪਈ ਆਣ ਕੇ ਵੇਖ ਲਓ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੀਕ ਮਹੱਲਾ ਦੀ ਡੈਡ ਬੋਡੀ ਮਿਲੀ ਹੈ ਕਿਤੇ ਸਾਨੂੰ ਮੇਨ ਰੋਡ ਆਪਣੇ ਦੁਰਗਾ ਲਾਗੇ ਤੇ ਇਹਦੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹਾਲਾਤ ਵੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਉਹ ਕਰਾਂਗੇ ਦੇਖ ਰਹੇ ਹਾਂ ਪੋਸਟਮਾਰਟਮ ਕਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਹੋਏ ਜਿਹੜੀ ਮੌਤ ਹੋਈ ਹੈ ਅਜੇ ਕੁਛ ਨਹੀਂ ਅਜੇ ਤਾਂ ਇਨੀਸ਼ੀਅਲ ਅਜੇ ਆਈ ਹੈ ਤੁਹਾਡੇ ਸਾਹਮਣੇ ਦੇਖ ਕੇ ਜੋ ਵੀ ਬਣਦੀ ਉਹ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ ਤੇ